ਸਤਿ ਸ਼੍ਰੀ ਅਕਾਲ ਐਚਐਸਐਨ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਲਾਈਵ ਇਸ ਮੰਚ ਦੇ ਜ਼ਰੀਏ ਨਿੱਘਾ ਸਵਾਗਤ। ਅੱਜ ਦਾ ਮੁੱਦਾ ਜਿਹਦੇ ਵਿੱਚ ਗੱਲਬਾਤ ਕਰਾਂਗੇ, ਕਿਉਂਕਿ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਕਾਫੀ ਹੱਦ ਤੱਕ ਸਰਕਾਰਾਂ ਜਿਹੜੀਆਂ ਨੇ ਤਿਆਰ ਬਰ ਤਿਆਰ ਹੁੰਦੀਆਂ ਹੁਣ ਦਿਖਾਈ ਦੇ ਰਹੀਆਂ ਨੇ। ਦੂਜੇ ਪਾਸੇ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਹਫਤੇ ਦੇ ਦੌਰਾਨ 2 ਕਤਲ ਹੋਏ ਨੇ, ਜਿਹਨੂੰ ਲੈ ਕੇ ਸੂਬਾ ਸਰਕਾਰਾਂ ਦੇ ਵੱਲੋਂ ਵੀ ਕੁਝ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਸੋ ਪਹਿਲੀ ਖਬਰ ਕਹਿੰਦੀ ਹੈ ਕਿ ਜਿੰਨੇ ਵੀ VIPs ਹੁੰਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਟਾਰਗੇਟ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਕਿਲ ਕੀਤਾ ਜਾਂਦਾ, ਟਾਰਗੇਟ ਕਿਲਿੰਗ ਵਾਲੇ ਜਿੰਨੇ ਵੀ ਕੇਸ ਹੁੰਦੇ ਨੇ ਔਰ ਜਿਨ੍ਹਾਂ ਦੇ ਉੱਤੇ ਲੱਗਦਾ ਹੈ ਕਿ ਹਾਂ ਇਹਨਾਂ ਦੇ ਉੱਤੇ ਕੋਈ ਵੀ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ, ਉਹਨਾਂ ਨੂੰ ਜਿਹੜੀ ਸਿਕਿਉਰਿਟੀ ਮਿਲਦੀ ਹੈ ਉਸ ਸਿਕਿਉਰਿਟੀ ਦੀ ਇੱਕ ਲਿਸਟ ਤਿਆਰ ਕੀਤੀ ਜਾਊਗੀ, ਜਿਹਦੇ ਵਿੱਚ ਇਹ ਕਿਹਾ ਜਾਊਗਾ ਕਿ ਜਿਹੜੇ ਸਿਕਿਉਰਿਟੀ ਗਾਰਡਾਂ ਨੂੰ ਖਾਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਊਗੀ ਔਰ ਟ੍ਰੇਨਿੰਗ ਦੇ ਵਿੱਚ ਨੌਜਵਾਨ ਤੇ ਫੁਰਤੀਲੇ ਗਾਰਡ ਰੱਖੇ ਜਾਣਗੇ। ਉਹਨਾਂ ਦੀ ਇੱਕ ਖਾਸ ਟ੍ਰੇਨਿੰਗ ਦੀ ਲਿਸਟ ਤਿਆਰ ਹੈ ਜਿਹੜੀ ਕਿ ਉਹਨਾਂ ਨੂੰ ਖਾਸ ਤੌਰ ਤੇ ਦਿੱਤੀ ਜਾਏਗੀ, ਤੇ ਕਿਸੇ ਵੀ ਹਾਲਾਤ ਦੇ ਵਿੱਚ ਜਿੱਥੇ ਉਹਨਾਂ ਦੀ ਡਿਊਟੀ ਲੱਗੀ ਉਹ ਆਪਣੀ ਡਿਊਟੀ ਨੂੰ ਬਖੂਬੀ ਢੰਗ ਦੇ ਨਾਲ ਨਿਭਾ ਸਕਣਗੇ। ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਸੁਰਿੰਦਰਪਾਲ ਜੀ, ਕੀ ਕਹੋਗੇ ਕਿ ਇਸ ਤਰ੍ਹਾਂ ਦੀ ਖਾਸ ਟ੍ਰੇਨਿੰਗ ਦੀ ਹੁਣ ਅੱਜ ਲੱਗਦਾ ਹੈ ਕਿ ਲੋੜ ਹੈ ਤੇ ਉਹ ਟ੍ਰੇਨਿੰਗ ਹੁਣ ਦੇਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਇਹ ਕੁਝ ਜਿਹੜੀਆਂ ਘਟਨਾਵਾਂ ਨੇ ਉਹਨਾਂ ਤੇ ਨੱਥ ਪਾਈ ਜਾ ਸਕਦੀ ਹੈ? ਦੇਖੋ ਸ਼ੀਤਲ ਜੀ, ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਜਿਹੜੀ ਹੈ ਉਹ ਟ੍ਰੇਨਿੰਗ ਤੋਂ ਬਾਅਦ ਹੀ ਹੁੰਦੀ ਹੈ। ਪਹਿਲਾਂ ਟ੍ਰੇਨਿੰਗ ਉਹਨਾਂ ਨੂੰ PAP 'ਚ ਦਿੱਤੀ ਜਾਂਦੀ ਹੈ, ਪੰਜਾਬ ਆਰਮਸ ਬਟਾਲੀਅਨ ਦੇ ਵਿੱਚ ਉਹਨਾਂ ਦੀ ਬਕਾਇਦਾ ਟ੍ਰੇਨਿੰਗ ਹੁੰਦੀ ਹੈ। ਉਹ ਟ੍ਰੇਨਿੰਗ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਉਹ ਫੀਲਡ ਵਿੱਚ ਉਤਾਰਿਆ ਜਾਂਦਾ, ਸਿੱਧੇ ਫੀਲਡ ਵਿੱਚ ਵੀ ਉਤਾਰਿਆ ਜਾਂਦਾ। ਪਹਿਲਾਂ ਉਹਨਾਂ ਨੂੰ ਲਾਈਟ ਕੰਮ ਦਿੱਤੇ ਜਾਂਦੇ ਨੇ, ਟ੍ਰੈਫਿਕ ਦੇ ਕੰਮ ਦਿੱਤੇ ਜਾਂਦੇ ਨੇ, ਦਫ਼ਤਰੀ ਦੇ ਕੰਮ ਦਿੱਤੇ ਜਾਂਦੇ ਆ, ਥਾਣਿਆਂ 'ਚ ਛੋਟੇ ਮੁੱਛੀ ਦੇ ਕੰਮ ਦਿੱਤੇ ਜਾਣੇ ਆ, ਥਾਣਿਆਂ ਦੇ ਵਿੱਚ ਸੰਤਰੀ ਦੇ ਕੰਮ ਦਿੱਤੇ ਜਾਂਦੇ ਆ। ਫਿਰ ਉਹਨਾਂ ਨੂੰ ਜਦੋਂ ਲੱਗਦਾ ਕਿ ਇਹ ਕਾਰਬਾਈਨ ਚਲਾ ਲੈਂਦੇ ਆ, AK-47 ਦੇ ਵਿੱਚ ਨਿਪੁੰਨ ਹੈਗੇ ਆ, ਫਿਰ ਉਹਨਾਂ ਨੂੰ ਸਿਕਿਉਰਿਟੀ ਗਾਰਡ ਦੇ ਤੌਰ ਤੇ, ਗਨਮੈਨ ਦੇ ਤੌਰ ਤੇ ਪਹਿਲਾਂ ਹੀ ਪੰਜਾਬ ਪੁਲਿਸ ਇੱਦਾਂ ਕਰਦੀ ਹੈ। ਲੇਕਿਨ ਗੱਲ ਇਹ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਅੱਜ ਅਫਸਰ ਕਈ ਪੰਜਾਬ ਦੀਆਂ ਜੇਲ੍ਹਾਂ 'ਚ ਬੈਠੇ ਹੋਏ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੋਕ ਸ਼ਾਂਤੀ ਬਹਾਲ ਕੀਤੀ, ਅੱਜ ਉਹ ਜਿਹੜੇ ਕੇਸ ਹਾਈਕੋਰਟ ਤੱਕ ਦੇ ਭੁਗਤ ਰਹੇ ਆ। ਪਿਛਲੇ ਹਫ਼ਤੇ ਵੀ 2 ਸਬ ਇੰਸਪੈਕਟਰਾਂ ਨੂੰ ਸਜ਼ਾ ਹੋਈ ਹੈ, ਉਮਰ ਕੈਦ ਦੀ ਸਜ਼ਾ ਹੋਈ ਹੈ। ਕਹਿਣ ਦਾ ਮੇਰਾ ਮਕਸਦ ਇਹ ਹੈਗਾ ਕਿ ਗੋਲੀ ਚਲਾਉਣ ਲਈ ਅੰਦਰ ਉੱਤੇ ਅਫਸਰਾਂ ਦਾ ਹੁਕਮ ਵੀ ਚਾਹੀਦਾ। ਕੱਲੀ ਜੇ ਮੈਂ ਟ੍ਰੇਨਿੰਗ ਲੈ ਲਾਂਗਾ, ਸਭ ਕੁਛ ਕਰ ਲਾਂਗਾ, ਤੇ ਮੇਰੇ ਸਾਹਮਣੇ ਜਾਂ ਕਿਸੇ ਹੋਰ ਮੁਲਾਜ਼ਮ ਦੇ ਸਾਹਮਣੇ ਜੇ ਸ਼ਿਵ ਸੈਨਾ ਵਾਲੇ ਨੂੰ ਕੋਈ ਗੋਲੀ ਮਾਰ ਲੇਗਾ ਤਾਂ ਹੁਕਮ ਮੈਂ ਆਪਣੇ ਆਪ ਥੋੜਾ ਗੋਲੀ ਚਲਾਉਣੀ ਜਦ ਤੱਕ ਮੈਨੂੰ ਮੇਰੇ ਪਿੱਛੋਂ ਸਾਹ ਦਾ ਹੁਕਮ ਨਹੀਂ ਆਉਂਦਾ। ਕਾਰਵਾਈ ਚੋਂ ਗੋਲੀ AK-47 ਚੋਂ ਪੁਲਿਸ ਦੀ ਤਦੇ ਗੋਲੀ ਨਿਕਲਣੀ ਹੈ ਜੇ ਪਿੱਛੋਂ ਸਾਹਿਬ ਹੁਕਮ ਦੇ, ਤੇ ਸਾਹਿਬ ਇੰਨੀ ਛੇਤੀ ਹੁਕਮ ਨਹੀਂ ਦਿੰਦੇ। ਕੋਈ ਵੀ ਸਾਹਿਬ ਜਿਹੜਾ ਵਾ ਆਪਣੇ ਮੋਢਿਆਂ ਦੇ ਉੱਤੇ ਭਾਰ ਚੱਲਣ ਨੂੰ ਤਿਆਰ ਨਹੀਂ ਹੁੰਦਾ, ਕੋਈ ਵੀ ਅਫਸਰ ਜਿਹੜਾ ਆਪਣੇ ਪੈਰਾਂ ਦੇ ਵਿੱਚ ਇੰਨੀ ਜਾਨ ਨਹੀਂ ਹੁੰਦੀ, ਕਿਉਂਕਿ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਹਿਊਮਨ ਰਾਈਟ ਆਰਗੇਨਾਈਜੇਸ਼ਨ ਬਹੁਤ ਹੈ, ਹਾਈ ਕੋਰਟ ਦਾ ਪ੍ਰੈਸ਼ਰ ਬਹੁਤ ਹੈ। ਹੁਣ ਪੁਰਾਣਾ ਟਾਈਮ ਨਹੀਂ ਹੈਗਾ ਕਿ ਜਦੋਂ ਅੱਤਵਾਦ ਦਾ ਟਾਈਮ ਸੀਗਾ, ਜੋ ਇੱਥੇ ਕਰ ਦਿੱਤਾ ਅਫਸਰਾਂ ਨੇ, ਚੱਕ ਕੇ ਮਾਰਤੇ ਤੇ ਸਭ ਚੱਲ ਗਿਆ। ਹੁਣ ਬੜਾ ਹੋਰ ਤਰ੍ਹਾਂ ਦਾ ਟਾਈਮ ਹੈ, ਹੁਣ ਜਿਹੜੀਆਂ ਆਰਗੇਨਾਈਜੇਸ਼ਨ ਹੈਗੀਆਂ ਬੜੀਆਂ ਸਟਰੋਂਗ ਹੋ ਗਈਆਂ ਹੋਈਆਂ, ਔਰ ਹਾਈ ਕੋਰਟ ਨੇ ਬੜੇ ਹੀ ਮਾਮਲਿਆਂ ਦੇ ਵਿੱਚ ਜਿਹੜੇ ਆ ਪੁਲਿਸ ਅਫਸਰਾਂ ਨੂੰ ਸਜ਼ਾ ਦਿੱਤੀ ਹੈ। ਉਸ ਤੋਂ ਬਾਅਦ ਪੰਜਾਬ ਦੀ ਪੁਲਿਸ, ਹੁਣ ਸੁਧੀਰ ਸੂਰੀ ਹੱਤਿਆ ਕਾਂਡ ਹੀ ਲਾ ਲਓ, 30 ਪੁਲਿਸ ਮੁਲਾਜ਼ਮ ਖੜੇ ਆ, ਇੱਕ DSP ਖੜਾ, 2 SHO ਖੜੇ ਆ। ਸੁਧੀਰ ਸੂਰੀ ਨੂੰ ਗੋਲੀ ਮਾਰੀ ਗਈ, ਕਿਸੇ ਨੇ ਕ੍ਰੋਸ ਫਾਇਰਿੰਗ ਕੀਤੀ, ਕਿਸੇ ਪੁਲਿਸ ਵਾਲੇ ਨੇ, ਕਿਸੇ ਨੇ ਵੀ ਨਹੀਂ ਕੀਤੀ, ਔਰ ਸਭ ਆਪਣੀ ਆਪਣੀ ਜਾਨ ਬਚਾ ਕੇ ਦੌੜਨ ਲੱਗ ਪਏ। ਗੱਲ ਤਾਂ ਇਹ ਹੈਗਾ ਕਿ ਅਫਸਰਾਂ ਨੂੰ, ਇਹਨਾਂ ਦਾ ਜਿਹੜਾ ਮੁਲਾਜ਼ਮਾਂ ਦਾ ਮਨੋਬਲ ਹੈ, ਜਿਹੜਾ ਮੋਰਾਲ ਡਿੱਗਿਆ ਪਿਆ, ਉਹਨੂੰ ਖੜਾ ਕਰਨਾ ਬਹੁਤ ਜ਼ਰੂਰੀ ਹੈ, ਔਰ ਮੋਰਾਲ ਬਹੁਤ ਬੁਰੀ ਤਰ੍ਹਾਂ ਪੰਜਾਬ ਪੁਲਿਸ ਦਾ ਡਿੱਗਿਆ ਹੋਇਆ। ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ, ਲੇਕਿਨ ਗੱਲ ਤਾਂ ਇਹ ਹੈ ਕਿ ਅਫਸਰਾਂ ਨੂੰ ਆਪਣੇ ਮੁਲਾਜ਼ਮਾਂ ਦੇ ਪਿੱਛੇ ਖੜੇ ਵੀ ਹੋਣਾ ਪਏਗਾ, ਉਹਨਾਂ ਦੀ ਪਿੱਠ ਤੇ ਥਾਪੜਾ ਵੀ ਦੇਣਾ ਪਏਗਾ, ਫਿਰ ਹੀ ਇਹ ਗੋਲੀ ਜਿਹੜੀ ਹੈ ਕਾਰਬਾਈਨ ਚੋਂ ਚੱਲ ਸਕਦੀ ਹੈ। ਉੱਦਾਂ ਨਹੀਂ ਚੱਲ ਸਕਦੀ, ਭਾਵੇਂ ਟ੍ਰੇਨਿੰਗ ਹੈ, ਤੁਸੀਂ ਜਾ ਕੇ 6 ਮਹੀਨੇ ਬਾਹਰ ਲਾਇਆ ਹੋ ਇਟਲੀ। ਹੁਣ ਪੰਜਾਬ ਦੇ ਕਮਾਂਡੋ ਕਈ ਜਗ੍ਹਾ ਰਸ਼ੀਆ ਤੋਂ ਟ੍ਰੇਨਿੰਗ ਲੈ ਕੇ ਆਉਂਦੇ ਨੇ, ਕਿਉਂਕਿ ਪਹਿਲਾਂ ਜਦੋਂ ਅੱਜ ਤੋਂ ਕਰੀਬ 7-8 ਸਾਲ ਪਹਿਲਾਂ ਵੀ ਇਦਾਂ ਦੇ ਹਮਲੇ ਹੋਏ ਸੀ, ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਜਿਹੜੀ ਆ ਆਧੁਨਿਕਰਨ ਕਰਨ ਲਈ ਇਹਨਾਂ ਦੇ ਮੁਲਾਜ਼ਮਾਂ ਨੂੰ ਬਾਹਰ ਭੇਜਿਆ ਗਿਆ, ਉੱਥੋਂ ਦੇ ਹਿਸਾਬ ਨਾਲ ਟ੍ਰੇਨਿੰਗ ਦਿੱਤੀ ਗਈ, ਉੱਥੋਂ ਦੇ ਇਕਿਪਮੈਂਟਸ ਨਾਲ ਟ੍ਰੇਨਿੰਗ ਦਿੱਤੀ ਸੀ। ਲੇਕਿਨ ਗੱਲ ਤਾਂ ਫਿਰ ਉੱਥੇ ਆ ਜਾਂਦੀ ਹੈ ਕਿ ਗੋਲੀ ਚਲਾਉਣੀ ਆਪਣੇ ਵੱਸ ਦੀ ਗੱਲ ਨਹੀਂ ਹੈ, ਕ੍ਰੋਸ ਫਾਇਰਿੰਗ ਕਰਨੀ ਆਪਣੇ ਵੱਸ ਦੀ ਗੱਲ ਨਹੀਂ ਹੈ, ਉਹ ਅਫਸਰਾਂ ਦਾ ਹੁਕਮ ਪਿੱਛੋਂ ਆਏਗਾ ਤੇ ਚੱਲੇਗਾ। ਜੀ ਮੈਮ ਜੀ ਸੰਧੂ ਜੀ, ਕੀ ਕਹੋਗੇ? ਕਹਿੰਦੇ ਕਿ ਰੋਜ਼ਾਨਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ, ਖਾਸ ਹੁਣ ਲਿਸਟ ਤਿਆਰ ਕਰ ਲੈਣੀ ਹੈ ਔਰ ਉਹ ਹਸਤੀਆਂ ਦੇ ਨਾਲ ਇਹਨਾਂ ਦੀ ਡਿਊਟੀ ਤੈਨਾਤ ਕੀਤੀ ਜਾਊਗੀ, ਜਿਹਦੇ ਵਿੱਚ ਖਾਸ ਤੌਰ ਤੇ ਕਿਹਾ ਕਿ 42 ਕਿਲੋਮੀਟਰ ਦੌੜਨ ਦੀ ਟ੍ਰੇਨਿੰਗ ਸ਼ਾਮਲ ਹੈ। ਇਸ ਤੋਂ ਇਲਾਵਾ 7 ਕਿਲੋਮੀਟਰ ਤੱਕ ਉਹਨਾਂ ਨੂੰ ਸਵੀਮਿੰਗ
ਦੀ ਜਿਹੜੀ ਟ੍ਰੇਨਿੰਗ ਦਿੱਤੀ ਜਾਊਗੀ। ਸੋ 3200 ਪੁਸ਼ਅਪ ਵੀ ਇਹਦੇ ਵਿੱਚ ਸ਼ਾਮਲ ਨੇ। ਸੋ ਕੁਝ ਖਾਸ ਚੀਜ਼ਾਂ ਇਹਦੇ ਵਿੱਚ ਟ੍ਰੇਨਿੰਗ 'ਚ ਕਹਿੰਦੇ ਜੋੜ ਦਿੱਤੀਆਂ ਨੇ, ਤੁਸੀਂ ਕੀ ਕਹੋਗੇ? ਨਹੀਂ ਦੇਖੋ, ਕਮਾਂਡੋ ਦੀ ਟ੍ਰੇਨਿੰਗ ਹੁੰਦੀ ਹੀ ਇਦਾਂ ਸਖਤ ਟ੍ਰੇਨਿੰਗ ਹੈ, ਠੀਕ ਹੈ। ਆਮ ਪੰਜਾਬ ਪੁਲਿਸ ਦੀ ਟ੍ਰੇਨਿੰਗ ਦੀ ਸੁਰਿੰਦਰਪਾਲ ਜੀ ਗੱਲ ਕਰ ਰਹੇ ਸੀ, ਦੇਖੋ ਪੰਜਾਬ ਪੁਲਿਸ ਨੂੰ ਆਪਣੇ ਆਪ ਨੂੰ ਕਾਫੀ ਟ੍ਰੇਨਿੰਗ ਹੁੰਦੀ ਹੈ, ਲੰਬੇ ਪ੍ਰੋਸੈਸ 'ਚੋਂ ਲੰਘਦੇ ਆ, ਪਰ ਕਮਾਂਡੋ ਦੀ ਇੱਕ ਵਿਸ਼ੇਸ਼ ਟ੍ਰੇਨਿੰਗ ਹੁੰਦੀ ਹੈ, ਠੀਕ ਹੈ। ਉਹ ਦੇੜ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਪਰ ਮੈਨੂੰ ਲੱਗਦਾ ਕਿਤੇ ਨਾ ਫਿਰ ਉਹੀ ਗੱਲ, ਬਾਰ ਬਾਰ ਜਿਹੜੀ ਸਰਕਾਰ ਹੈ ਤੰਤਰ ਆ, ਉਹ ਬਾਰ ਬਾਰ ਉਹੀ ਗਲਤੀਆਂ ਕਰੀ ਜਾ ਰਿਹਾ। ਸਮੱਸਿਆ ਕੋਈ ਹੋਰ ਹੈ ਤੇ ਆਪਰੇਸ਼ਨ ਕਿਸੇ ਹੋਰ ਥਾਂ ਤੇ ਕਰੀ ਜਾ ਹਾਂ ਰਿਹਾ, ਦੁੱਖ ਦੇ ਬੰਦੇ ਦੀ ਅੱਖ ਆ ਤੇ ਉਹਦੇ ਪੈਰ ਦਾ ਆਪਰੇਸ਼ਨ ਕਰੀ ਜਾ ਰਿਹਾ ਹੈ, ਹਾਂ ਠੀਕ ਹੈ ਨਾ। ਕਹਿਣ ਦਾ ਭਾਵ ਇਹ ਹੈ ਵੀ ਸਮੱਸਿਆ ਤਾਂ ਉਹ ਆ ਜਿਹੜੀ ਸੁਰਿੰਦਰਪਾਲ ਜੀ ਨੇ ਦੱਸੀ, ਕਿ ਹਾਂ ਤੁਸੀਂ ਭਾਈ ਉਸ ਬੰਦੇ ਦਾ, ਉਸ ਬੰਦੇ ਦਾ ਮੋਰਾਲ ਅਪ ਕਰੋ ਔਰ ਉਹਨੂੰ ਇਸ ਗੱਲ ਦੇ ਜ਼ਿਆਦਾ ਆਰਡਰ ਦਿਓ ਨਾ ਕਿ ਭਾਈ ਜਦੋਂ ਵੀ ਕੋਈ ਅਟੈਕ ਹੁੰਦਾ ਤੈਨੂੰ ਕੋਈ ਲੱਗਦਾ ਤੂੰ ਅੱਗੇ ਗੋਲੀ ਚਲਾ ਸਕਦਾ, ਜੇ ਕੋਈ ਆਰਡਰ ਹੀ ਨਹੀਂ ਗੋਲੀ ਚਲਾਉਣ ਦੇ ਤੇ ਫਿਰ ਇੱਥੇ ਇਹਦਾ ਸਗੋਂ ਉਲਟਾ ਸਮੱਸਿਆ ਪੈਦਾ ਕਰ ਦਿੱਤੀ। ਤੁਸੀਂ ਜਿਹਨੂੰ ਸਿਕਿਉਰਿਟੀ ਦਿੱਤੀ ਹੈ ਇਹਦਾ ਮਤਲਬ ਉਹ ਟਾਰਗੇਟ ਹੈਗਾ, ਉਦਾਂ ਬੰਦੇ ਨੂੰ ਪਛਾਣਿਆ ਜਾਵੇ ਚਾਹੇ ਨਾ ਪਛਾਣਿਆ ਜਾਵੇ, ਸਿਕਿਉਰਿਟੀ ਵਾਲਾ ਜ਼ਰੂਰ ਪਛਾਣਿਆ ਜਾਵੇ, ਲੈ ਵੇ ਆਹ ਗਨਮੈਨ ਲੈ ਫਿਰਦਾ ਇੱਥੇ, ਆਹ ਬੰਦਾ ਕਿਹੜਾ ਆ, ਇਹਦਾ ਫਲਾਨਾ, ਇਹਦਾ ਲੋੜੀਂਦਾ ਸੀ, ਇਹਨੂੰ ਮਾਰ ਦਿਓ। ਸੋ ਕਹਿਣ ਦਾ ਭਾਵ ਇਹ ਹੈ ਜੋ ਸੁਰਿੰਦਰਪਾਲ ਜੀ ਨੇ ਗੱਲ ਕਹੀ ਹੈ, ਮੈਂ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਅਸਲ ਦੇ ਵਿੱਚ ਤਾਂ ਜਿਹੜੀਆਂ ਕਾਨੂੰਨੀ ਤਾਕਤਾਂ ਨੇ, ਜਿਹੜੀਆਂ ਸਿਕਿਉਰਿਟੀ ਵਾਲਿਆਂ ਨੂੰ ਕਾਨੂੰਨੀ ਤਾਕਤਾਂ ਹੋਣੀਆਂ ਚਾਹੀਦੀਆਂ ਨੇ, ਉਹ ਤੁਸੀਂ ਦਿਓ ਉਹਨਾਂ ਨੂੰ ਪੱਕੇ ਆਰਡਰ ਦਿਓ ਕਿ ਤੁਸੀਂ ਭਾਈ ਜਿਹੜਾ ਕੋਈ ਵੀ ਬੰਦਾ ਤੁਹਾਨੂੰ ਸ਼ੱਕੀ ਲੱਗਦਾ ਤੁਸੀਂ ਉਹਨੂੰ ਅਰੈਸਟ ਵੀ ਕਰ ਸਕਦੇ ਆ, ਤੁਸੀਂ ਉਹਦੇ ਕੋਲ ਪੁੱਛਗਿੱਛ ਵੀ ਕਰ ਸਕਦੇ ਆ, ਤੇ ਜਿਹੜਾ ਬੰਦਾ ਆ ਕੇ ਗੋਲੀ ਚਲਾਈ ਦੇਵੇ ਜਾਂ ਹਮਲਾ ਕਰ ਹੀ ਦੇਵੇ ਤੁਸੀਂ ਉਹਦੇ ਉੱਤੇ ਮੋੜ ਵੀ ਜਿਹੜੀ ਜਵਾਬੀ ਕਾਰਵਾਈ ਕਰ ਸਕਦੇ ਆ। ਹਾਂ ਇੰਨੀ ਗੱਲ ਜ਼ਰੂਰ ਹੋ ਸਕਦੀ ਹੈ ਕਿ ਜਿਹੜੀ ਤੁਸੀਂ ਇਹ ਕਹਿ ਸਕਦੇ ਆ ਕਿ ਤੁਸੀਂ ਜੀ ਕਿਸੇ ਦੀ ਜਾਨ ਨਾ ਲਿਓ, ਇਹ ਨਾ ਹੋਵੇ ਕਿ ਕਿਸੇ ਨੇ ਹਮਲਾ ਕੀਤਾ ਤੇ ਤੁਸੀਂ ਉਹਨੂੰ ਜਾਨੋਂ ਹੀ ਖਤਮ ਕਰ ਦਿੱਤਾ ਤੇ ਉਹਦਾ ਜਿਹੜਾ ਸਬੂਤ ਹੈ ਉਹ ਕੱਢਣਾ ਮੁਸ਼ਕਲ ਹੋ ਜਾਏ, ਹੈ ਨਾ, ਉਹਦੀ ਲੱਤ ਵਿੱਚ ਜਾਂ ਕਿਸੇ ਹੋਰ ਥਾਂ ਤੇ ਤੁਸੀਂ ਜਿਹੜੀ ਹੈ ਗੋਲੀ ਮਾਰ ਕੇ ਉਹਨੂੰ ਜਿਹੜਾ ਉਹ ਅਰੈਸਟ ਵੀ ਕਰ ਸਕਦੇ ਆ। ਗੋਲੀ ਅੱਗਿਓਂ ਚਲਾਉਣ ਦੇ ਜਿਹੜੇ ਅਧਿਕਾਰ ਹੈ ਉਹ ਦੇਣੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਫਿਰ ਗੁੰਗਲੋਂ ਤੋਂ ਮਿੱਟੀ ਝਾੜੀ ਜਾਣੀ ਹੈ ਤੇ ਵਾਰਦਾਤਾਂ ਜਿਹੜੀਆਂ ਉਹ ਅੱਗੇ ਵਧੀ ਜਾਣੀ। ਵਧੀ ਜਾਣੀ ਆ ਬਿਲਕੁਲ। ਸੋ ਕਹਿਣ ਦਾ ਭਾਵ ਇਹ ਹੈ ਕਿ ਵਾਰਦਾਤਾਂ ਤਾਂ ਹੋ ਰਹੀਆਂ ਨੇ, ਪਰ ਦਿਖਾਵੇ ਦੇ ਲਈ ਆਦੇਸ਼ ਜਾਰੀ ਹੋ ਰਹੇ ਨੇ ਕਿ ਅਸੀਂ ਹੁਣ ਐਂ ਕਰ ਲਾਂਗੇ, ਅਸੀਂ ਐਂ ਕਰ ਲਾਂਗੇ, ਭਾਵੇਂ ਬਿਮਾਰੀ ਕੋਈ ਹੋਰ ਹੈ ਪਰ ਦਵਾਈ ਕੋਈ ਹੋਰ ਦਿੱਤੀ ਜਾ ਰਹੀ ਹੈ। ਅੱਛਾ, ਇੱਕ ਹੋਰ ਇਹਦੇ ਨਾਲ ਖਬਰ ਜੁੜੀ ਹੋਈ ਹੈ ਜਿਹੜੀ, ਉਹ ਹੈ ਕਿ 23 ਗੈਂਗਸਟਰਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਔਰ ਇਹਨਾਂ 23 ਗੈਂਗਸਟਰਾਂ ਨੂੰ ਫੜਨ ਦੇ ਲਈ ਸੂਬਾ ਸਰਕਾਰਾਂ ਦੇ ਨਾਲ ਕੇਂਦਰ ਸਰਕਾਰਾਂ ਰਲ ਕੇ, ਸਾਰੀਆਂ ਏਜੰਸੀਆਂ ਰਲ ਕੇ ਹੁਣ ਇੱਕ ਤਿਆਰੀ ਕਰਨਗੀਆਂ ਤੇ ਇਹਨਾਂ ਨੂੰ ਫੜਨਗੀਆਂ, ਜਿਹਦੇ ਵਿੱਚ ਮੈਂ ਕੁਝ ਏਜੰਸੀਆਂ ਦੇ ਨਾਮ ਲੈਣ ਲੱਗੀ ਹਾਂ। ਇੰਟੈਲੀਜੈਂਸ NIA, ਸਟੇਟ ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ ਤੇ ਐਂਟੀ ਗੈਂਗਸਟਰ ਟਾਸਕ ਫੋਰਸ, ਇਹ ਸਾਰੀਆਂ ਰਲ ਕੇ ਕਹਿ ਰਹੀਆਂ ਨੇ ਕਿ ਹੁਣ ਅਸੀਂ ਇਹ 23 ਗੈਂਗਸਟਰਾਂ ਨੂੰ ਫੜਨ ਦੇ ਲਈ ਪੂਰੀ ਤਰ੍ਹਾਂ ਤਿਆਰ ਆ। ਚਲੋ ਚੰਗੀ ਗੱਲ ਆ, ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਕੁਝ ਪਲੈਨਿੰਗ ਕਰਾਂਗੇ ਰਲ ਕੇ, ਕੇਂਦਰ ਸਰਕਾਰਾਂ ਤੇ ਸੂਬਾ ਸਰਕਾਰਾਂ ਰਲ ਕੇ ਜੇਕਰ ਪਲੈਨਿੰਗ ਕਰਨ ਤੇ ਗੈਂਗਸਟਰਾਂ ਨੂੰ ਫੜਿਆ ਵੀ ਜਾ ਸਕਦਾ, ਕੋਈ ਐਡੀ ਗੱਲ ਨਹੀਂ ਆ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਅਮਲ ਦਰਾਮਦ ਜਿਹੜਾ ਸੁਰਿੰਦਰਪਾਲ ਜੀ ਤੇ ਹੋ ਸਕਦਾ ਚੰਗੀ ਤਰ੍ਹਾਂ? ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਜਿਹੜੀ ਰਾਸ਼ਟਰੀ ਸੁਰੱਖਿਆ ਏਜੰਸੀ ਹੈ NIA, ਉਹ ਬੜੀ ਇੱਕ ਮਜ਼ਬੂਤ ਏਜੰਸੀ ਹੈ, ਔਰ ਖਾਸ ਕਰਕੇ ਦਿਨਕਰ ਗੁਪਤਾ ਪੰਜਾਬ ਤੋਂ ਇੱਥੇ DGP ਨੇ, ਪੰਜਾਬ ਕੈਡਰ ਦੇ ਨੇ, ਇੱਥੇ ADGP ਰਹੇ ਨੇ, ADGP ਇੰਟੈਲੀਜੈਂਸ ਰਹੇ ਨੇ, DGP ਪੰਜਾਬ ਰਹੇ ਨੇ, ਪੰਜਾਬ 'ਚ ਉਹਨਾਂ ਦੀ ਪਕੜ ਹੈ। ਪੰਜਾਬ 'ਚੋਂ ਗੈਂਗਸਟਰ ਖਤਮ ਕਰਨਾ NIA ਲਈ ਕੋਈ ਔਖਾ ਨਹੀਂ ਹੈ, ਬਸ਼ਰਤੇ ਕਿ ਇੱਥੇ ਤਾਲਮੇਲ ਸਟੇਟ ਪੁਲਿਸ ਦਾ ਤੇ ਸੈਂਟਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਬਰਾਬਰ ਹੋ। ਔਰ ਦੂਸਰੀ ਜਿਹੜੀ ਗੱਲ ਹੈ ਕਿ ਇਹ ਗੱਲ ਨੂੰ ਸਮਝਣਾ ਪਏਗਾ ਕਿ ਪਿਛਲੇ ਕੁਝ ਟਾਈਮ ਦੇ ਵਿੱਚ ਗੈਂਗਸਟਰਾਂ ਦੀ ਕਾਰਜਸ਼ੈਲੀ 'ਚ, ਵਾਰਦਾਤਾਂ 'ਚ ਬਹੁਤ ਵੱਡੀ ਤਬਦੀਲੀ ਆਈ। ਜਿਹੜੇ ਤੁਸੀਂ ਘਟਨਾਵਾਂ, ਸਿੱਧੂ ਮੂਸੇ ਵਾਲੇ ਦੀ ਘਟਨਾ ਦੇਖ ਲਓ, ਪ੍ਰਦੀਪ ਸਿੰਘ ਦੀ ਘਟਨਾ ਦੇਖ ਲਓ, ਸੰਦੀਪ ਨੰਗਲ ਅੰਬੀਆ ਦੀ ਘਟਨਾ ਦੇਖ ਲਓ, ਇਹ ਤਿੰਨੋਂ ਘਟਨਾਵਾਂ ਦੇ ਵਿੱਚ ਜਿਹੜੇ ਸ਼ੂਟਰਸ ਇਸਤੇਮਾਲ ਹੋਏ ਆ ਉਹ ਪੰਜਾਬ ਦੇ ਸ਼ੂਟਰਸ ਨਹੀਂ ਹੈਗੇ ਸੀ, ਉਹ ਰਾਜਸਥਾਨ ਦੇ, UP ਦੇ, ਹਰਿਆਣੇ ਦੇ ਸ਼ੂਟਰ ਸੀ, ਅਮਿਤ ਡਾਗਰ ਸੀ, ਬਾਹਰਲੇ ਸ਼ੂਟਰ ਸੀਗੇ ਸਾਰੇ। ਹੁਣ ਜਿਹੜੇ ਪੰਜਾਬ ਦੇ ਸ਼ੂਟਰਸ ਹੈ, ਗੈਂਗਸਟਰਸ ਹੈ, ਇਹਨਾਂ ਦਾ ਇਸਤੇਮਾਲ ਉੱਧਰ ਵਾਰਦਾਤਾਂ ਲਈ ਕੀਤਾ ਜਾ ਰਿਹਾ, ਯਾਨੀ ਇਹ ਆਪਸ 'ਚ ਇੰਟਰ ਐਕਸਚੇਂਜ ਕਰ ਰਹੇ ਹੈ। ਸੋ ਕਿਤੇ ਨਾ ਕਿਤੇ ਪੰਜਾਬ ਦੀ ਸਰਕਾਰ ਨੂੰ ਵੀ, ਪੰਜਾਬ ਦੀਆਂ ਕਾਊਂਟਰ ਇੰਟੈਲੀਜੈਂਸ ਨੂੰ ਵੀ NIA ਦੀ ਸਖ਼ਤ ਜ਼ਰੂਰਤ ਸੀ, ਸਖ਼ਤ ਜ਼ਰੂਰਤ ਸੀ ਕਿ ਅਸੀਂ NIA ਤੋਂ ਬਿਨਾਂ ਅਸੀਂ ਕਦਮ ਨਹੀਂ ਚੱਕ ਸਕਦੇ, ਕਿਉਂਕਿ ਇਹਨਾਂ ਨੂੰ ਆਪਰੇਸ਼ਨ ਰਾਜਸਥਾਨ ਵੀ ਕਰਨੇ ਪੈਣੇ ਆ, ਹਰਿਆਣੇ 'ਚ ਵੀ ਕਰਨੇ ਪੈਣੇ ਆ, ਤੇ ਉਹ NIA ਤੋਂ ਬਿਨਾਂ ਹੋ ਨਹੀਂ ਸਕਦੇ। ਤੇ ਇਹ ਵੀ ਪੰਜਾਬ ਦੇ ਸੂਬੇ ਲਈ ਥੋੜੀ ਜਿਹੀ ਰਾਹਤ ਭਰੀ ਗੱਲ ਹੈ ਕਿ ਗੌਰਵ ਯਾਦਵ ਤੇ ਦਿਨਕਰ ਗੁਪਤਾ ਦਾ ਆਪਸੀ ਤਾਲਮੇਲ ਵੀ ਵਧੀਆ, ਦੋਨੋਂ ਇਕੱਠੇ ਅਫਸਰ ਵੀ ਰਹੇ ਆ, ਦੋਨਾਂ ਦਾ ਆਪਸੀ ਜਿਹੜਾ ਪਿਆਰ ਮੁਹੱਬਤ ਵੀ ਬਹੁਤ ਹੈ, ਔਰ ਇਹ ਅਗਰ ਸਹੀ ਤਰੀਕੇ ਨਾਲ ਕੇਂਦਰ ਦੀਆਂ ਏਜੰਸੀਆਂ ਨਾਲ ਬਿਨਾਂ ਰਾਜਨੀਤੀਕਰਨ ਇਹ ਚੱਲ ਪਵੇ ਆਪਰੇਸ਼ਨ,
ਤੇ ਕੋਈ ਔਖਾ ਕੰਮ ਨਹੀਂ ਹੈ ਐਨਆਈਏ ਲਈ ਖਤਮ ਕਰਨਾ। ਐਨਆਈਏ ਤਾਂ ਯਾਰ ਅੱਤਵਾਦੀਆਂ ਨੂੰ ਫੜ ਲੈਂਦੇ ਆ, ਉਹ ਤਾਂ ਪੂਰੀ ਇਨਵੈਸਟੀਗੇਸ਼ਨ ਕਰਕੇ ਘਰਾਂ ਚੋਂ ਕੱਢ ਲਿਆਉਂਦੇ ਆ। ਹੁਣ ਇਹਨਾਂ ਗੈਂਗਸਟਰ ਨੂੰ ਫੜਨਾ ਕੋਈ ਔਖਾ ਨਹੀਂ ਹੈ। ਹਾਂ, ਦਿੱਲੀ ਦੀ ਪੁਲਿਸ ਨਾਲ ਵੀ ਤਾਲਮੇਲ ਬਹੁਤ ਜ਼ਰੂਰੀ ਹੈ, ਤੁਸੀਂ ਪਿਛਲੇ ਕੁਝ ਟਾਈਮ ਤੋਂ ਦੇਖਿਆ ਹੋਣਾ ਕਿ ਲਗਾਤਾਰ ਜਿਹੜੀ ਪੰਜਾਬ ਦੇ ਵਿੱਚੋਂ ਜਦੋਂ ਗੈਂਗਸਟਰਸ ਵਾਰਦਾਤ ਕਰਦੇ ਆ ਤੇ ਦਿੱਲੀ ਪੁਲਿਸ ਉਹਨਾਂ ਨੂੰ ਦਬੋਚਦੀ ਆ। ਭਾਵੇਂ ਦੀਪਕ ਤੀਨੂ ਵਾਲਾ ਕੇਸ ਸੀਗਾ ਜਿਹਦੇ ਵਿੱਚੋਂ ਭੱਜ ਗਿਆ, ਉਹਦੀ ਗਰਲਫ੍ਰੈਂਡ ਭਜਾ ਕੇ ਲੈ ਗਈ, ਉਹਨੂੰ ਦਿੱਲੀ ਪੁਲਿਸ ਨੇ ਫੜਿਆ। ਔਰ ਆ ਜਿਹੜਾ ਹੁਣ ਪਿੱਛੇ ਜਿਹੜਾ ਇੱਕ ਹੋਰ ਗੈਂਗਸਟਰ ਭੱਜਿਆ, ਉਹਨੂੰ ਵੀ ਜਿਹੜਾ ਵਾ ਉੱਥੇ ਦਿੱਲੀ ਪੁਲਿਸ ਵਾਲਿਆਂ ਨੇ ਆ ਕੇ ਫੜਿਆ। ਪ੍ਰਦੀਪ ਹੱਤਿਆ ਕਾਂਡ ਦੇ ਦੋਸ਼ੀ ਵੀ ਜਿਹੜੇ ਦਿੱਲੀ ਪੁਲਿਸ ਵਾਲਿਆਂ ਨੇ ਫੜੇ। ਸੋ ਕਹਿਣ ਦਾ ਇਹ ਮਤਲਬ ਹੈਗਾ ਕਿ ਏਜੰਸੀਆਂ ਜਦੋਂ ਰਲ ਕੇ ਵਰਕ ਕਰਨਗੀਆਂ, ਨੀਅਤ ਔਰ ਨੀਤੀ ਸਾਫ਼ ਹੋਏਗੀ ਤੇ ਉਹਦੇ ਰਿਜ਼ਲਟ ਸੁਖਾਵੇਂ ਹੀ ਮਿਲਣੇ ਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹ ਵੀ ਖਾਸ ਕਰਕੇ ਬਹੁਤ ਵਧੀਆ ਗੱਲ ਹੈ ਕਿ ਐਨਆਈਏ ਪੰਜਾਬ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਨੂੰ ਪੂਰਾ ਸਹਿਯੋਗ ਦੇ ਰਹੀ ਹੈ। 52 ਛਾਪੇ ਪਿਛਲੇ 4 ਮਹੀਨੇ ਪਹਿਲਾਂ ਪੰਜਾਬ 'ਚ ਮਾਰੇ ਵੀ ਗਏ ਨੇ ਗੈਂਗਸਟਰਾਂ ਦੇ ਉੱਤੇ, ਐਨਆਈਏ ਵੱਲੋਂ ਕੀਤੇ ਗਏ ਨੇ ਆਪਰੇਸ਼ਨ, ਉਹਦੇ ਵਿੱਚ ਕਾਫੀ ਇਨਪੁੱਟ ਮਿਲੇ ਨੇ, ਹਥਿਆਰ ਮਿਲੇ ਨੇ ਉਸ ਤੋਂ ਬਾਅਦ। ਤੇ ਏਜੰਸੀਆਂ ਅਗਰ ਰਲ ਕੇ ਵਰਕ ਕਰਨਗੀਆਂ, ਦੇਖੋ ਪਤਾ ਕੀ ਆ, ਅਸੀਂ ਪੰਜਾਬ ਜਿਹੜਾ ਆ ਪਾਕਿਸਤਾਨ ਦੇ ਬਾਰਡਰ ਤੇ ਆ, ਔਰ ਗੈਂਗਸਟਰ ਦਾ ਇਸਤੇਮਾਲ ਅੱਤਵਾਦ ਲਈ ਹੋ ਰਿਹਾ, ਖੜਾ ਕਰਨ ਲਈ ਹੋ ਰਿਹਾ। ਹੁਣ ਗੈਂਗਸਟਰ ਜਿਹੜਾ ਅੱਤਵਾਦ ਦਾ ਪਾਰਟ ਬਣੀ ਜਾ ਰਹੇ ਆ, ਇਸ ਕਰਕੇ ਕਿਤੇ ਨਾ ਕਿਤੇ ਐਨਆਈਏ ਨੂੰ ਵੀ, ਅਮਿਤ ਸ਼ਾਹ ਜੀ ਨੂੰ ਵੀ, ਜਿਹੜੀ ਇਹ ਕੇਂਦਰੀ ਗ੍ਰਹਿ ਮੰਤਰਾਲੇ, ਉਹਨਾਂ ਨੂੰ ਪੰਜਾਬ ਬਾਰੇ ਚਿੰਤਤ ਨੇ, ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ, ਲਗਾਤਾਰ ਪੰਜਾਬ ਦੇ ਅਫਸਰ ਨਾਲ ਮੀਟਿੰਗ ਹੋ ਰਹੀ ਹੈ। ਇਸੇ ਕਰਕੇ ਐਨਆਈਏ ਦੀ ਕਮਾਂਡ ਜਿਹੜੀ ਆ ਦਿਨਕਰ ਗੁਪਤਾ ਨੂੰ ਦਿੱਤੀ ਗਈ ਹੈ, ਕਿਉਂਕਿ ਇਹ ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਤੇ ਇੱਥੇ ਦੇ ਗੈਂਗਸਟਰਵਾਦ ਤੇ ਇੱਥੇ ਦੇ ਅੱਤਵਾਦ ਤੋਂ ਬਹੁਤ ਅੱਛੀ ਤਰ੍ਹਾਂ ਇਹ ਜਾਣੂ ਨੇ, ਜ਼ਮੀਨੀ ਪੱਧਰ ਤੇ ਕੰਮ ਕੀਤਾ ਹੋਇਆ। ਔਰ ਤੁਸੀਂ ਉਸ ਤੋਂ ਬਾਅਦ ਦੇਖੋ ਜਦੋਂ ਦੀ ਦਿਨਕਰ ਗੁਪਤਾ ਨੇ ਕਮਾਂਡ ਸੰਭਾਲੀ ਹੈ, ਪੰਜਾਬ ਦੇ ਵਿੱਚ ਲਗਾਤਾਰ ਐਨਆਈਏ ਦੇ ਆਪਰੇਸ਼ਨ ਹੋ ਰਹੇ ਆ ਔਰ ਉਹਦੇ ਰਿਜ਼ਲਟ ਵੀ ਮਿਲ ਰਹੇ। ਜੀ ਜੀ ਵੈਸੇ ਤੁਸੀਂ ਬਹੁਤ ਇੱਕ ਅਹਿਮ ਗੱਲ ਕੀਤੀ ਹੈ ਕਿ ਜੇਕਰ ਬਿਨਾਂ ਕੋਈ ਰਾਜਨੀਤੀ ਕੀਤਿਆਂ ਇਹ ਸਾਰੀਆਂ ਏਜੰਸੀਆਂ ਮਿਲ ਕੇ ਕੰਮ ਕਰਨ ਤਾਂ ਸੱਚੀ ਦੇ ਵਿੱਚ ਇਹਦੇ ਤੇ ਨੱਥ ਪਾਈ ਜਾ ਸਕਦੀ ਹੈ। ਇਹਦੇ ਵਿੱਚ ਨਾ ਇੱਕ ਬੜੀ ਸੋਹਣੀ ਕੁੰਡੀ ਵੀ ਹੈ ਕਿ ਜੇਕਰ ਬਿਨਾਂ ਰਾਜਨੀਤੀ ਕੀਤਿਆਂ, ਪਰ ਉਹ ਮੈਨੂੰ ਲੱਗਦਾ ਹੈ ਕਿ ਸਾਡੇ ਜਿਹੋ ਜਿਹਾ ਸਾਡਾ ਸਿਸਟਮ ਹੈ ਉਹਦੇ ਵਿੱਚ ਬੜੀ ਮੁਸ਼ਕਲ ਹੈ ਇਹ ਚੀਜ਼ ਕਿ ਇਹ ਜਿਹੜੀ ਇਹਦੇ ਤੇ ਕੰਮ ਹੋ ਜਾਵੇ ਅਸਲ ਦੇ ਵਿੱਚ। ਜੇਕਰ ਰਾਜਨੀਤੀ ਮੈਨੂੰ ਲੱਗਦਾ ਹੈ ਕਿ ਕੋਈ ਨਾ ਕਰੇ ਤੇ ਅਸਲ ਦੇ ਵਿੱਚ ਜੇਕਰ ਕੋਈ ਸੱਚੀ ਦੇ ਵਿੱਚ ਰਲ ਕੇ ਕੰਮ ਕਰਨਾ ਚਾਹੇ ਤਾਂ ਮੈਨੂੰ ਨਹੀਂ ਲੱਗਦਾ ਕਿ ਘਟਨਾਵਾਂ ਕਦੀ ਜਿਹੜੀਆਂ ਹੋ ਚੁੱਕੀਆਂ ਨੇ ਕਦੀ ਵਾਪਰ ਵੀ ਸਕਦੀਆਂ ਸੀ। ਸੰਧੂ ਜੀ ਕੀ ਕਹੋਗੇ? ਦੇਖੋ ਜੀ, ਮੈਂ ਤਾਂ ਗੱਲ ਸ਼ੁਰੂਆਤ ਕਰਨੀ ਚਾਹੂੰਗਾ ਉਸ ਦੌਰ ਤੋਂ ਜਿਹੜਾ ਪਹਿਲੇ ਅੱਤਵਾਦ ਦਾ ਦੌਰ ਜਿਹੜਾ ਸ਼ੁਰੂ ਹੋਇਆ ਸੀ। ਉਸ ਵਕਤ ਜਿਹੜੇ ਸਮੀਕਰਨ ਸੀ ਪੰਜਾਬ ਦੇ, ਉਹ ਹੋਰ ਤਰੀਕੇ ਦੇ ਸੀ। ਉਸ ਵਕਤ ਜਿਹੜੀ ਵੇਗ ਉੱਠੀ ਸੀ, ਬੇਸ਼ੱਕ ਸੇ ਸੂਬਿਆਂ ਨੂੰ ਵੱਧ ਅਧਿਕਾਰ ਦੇ ਨਾਂ ਤੇ ਉੱਠੀ ਸੀ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਸੀ, ਵਿੱਚ ਇਮੋਸ਼ਨਸ ਜਿਹੜੇ ਆ ਉਹ ਜ਼ਿਆਦਾ ਸੀ ਔਰ ਕੇਂਦਰ ਦੇ ਪ੍ਰਤੀ ਨਫ਼ਰਤ ਜ਼ਿਆਦਾ ਸੀ ਦੂਜੇ ਪਾਸੇ। ਦੂਜੇ ਪਾਸੇ ਹੁਣ ਤੱਕ ਜਿਹੜੀ ਚੀਜ਼ਾਂ ਸਾਹਮਣੇ ਆਈਆਂ ਇੰਟੈਲੀਜੈਂਸ ਨੇ ਵੱਖ ਵੱਖ ਅਧਿਕਾਰੀਆਂ ਨੇ ਜੋ ਹੁਣ ਤੱਕ ਲਿਖਿਆ, ਜਾਂ ਉਦੋਂ ਇੱਕ ਪੱਤਰਕਾਰ ਸੀ ਬੀਬੀਸੀ ਦੇ ਮਾਰਕ ਟੱਲੀ ਐਂਡ ਸਟੀਵ ਜੈਕਬ, ਉਹਨਾਂ ਦੀ ਪੁਸਤਕ ਵੀ ਹੈ, ਉਹ ਜਿਹੜੀ ਬਾਰ ਬਾਰ ਸ਼ੱਕ ਜ਼ਾਹਰ ਕਰਦੀ ਹੈ ਕਿ ਜੇ ਉੱਭਰ ਰਿਹਾ ਸੀ ਕੋਈ ਹੀਰੋ ਬਣ ਗਏ ਪੰਜਾਬ ਦੇ ਵਿੱਚ, ਤੇ ਉਹਨੂੰ ਜਿਹੜੀ ਸਰਪ੍ਰਸਤੀ ਆ ਉਹ ਉਲਟੀ ਕੇਂਦਰ ਵੱਲੋਂ ਸਰਪ੍ਰਸਤੀ ਉਹਨੂੰ ਮਿਲ ਰਹੀ ਸੀ ਬਾਰ ਬਾਰ, ਉਹਨੂੰ ਹੀਰੋ ਬਣਾਇਆ ਜਾ ਰਿਹਾ ਸੀ ਔਰ ਉਹਦੀ ਵੇਵ ਜਿਹੜੀ ਖੜੀ ਕੀਤੀ ਜਾ ਰਹੀ ਸੀ। ਜਦੋਂ ਕਿ ਹੁਣ ਜਿਹੜਾ ਮੈਂ ਦੇਖ ਰਿਹਾ ਉਸ ਵਕਤ, ਹਾਲਾਂਕਿ ਦੇਖੋ ਨਸ਼ਿਆਂ ਦਾ ਕੋਈ ਪ੍ਰਚਲਨ ਜਿਹੜਾ ਉਹ ਪੰਜਾਬ ਵਿੱਚ ਨਹੀਂ ਸੀਗਾ, ਗੈਂਗਸਟਰਵਾਦ ਵਾਲੀ ਜਿਹੜੀ ਉਸ ਵੇਲੇ ਤੱਕ ਕੋਈ ਬਹੁਤੀ ਜਿਹੜੀ ਜ਼ਿਆਦਾ ਕੋਈ ਗੱਲਬਾਤ ਇਸ ਤਰ੍ਹਾਂ ਦੀ ਹੁੰਦੀ ਨਹੀਂ ਸੀ। ਸੋ ਹੁਣ ਜਿਹੜਾ ਜਿਹੜੀ ਰੂਪ ਰੇਖਾ ਹੈ, ਜਿਹੜੀ ਜ਼ਮੀਨ ਹੈ ਪੰਜਾਬ ਦੀ, ਉਹ ਵੱਖਰੇ ਤਰੀਕੇ ਦੀ ਹੈ। ਹੁਣ ਇਸ ਵਕਤ ਜਿਹੜੇ ਨਸ਼ੇ ਹੈ, ਨਸ਼ੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਹੈ। ਜੀ ਲੋਕੀ ਤੰਗ ਨੇ, ਚਾਹੁੰਦੇ ਨੇ ਕਿ ਇਹਨਾਂ ਦਾ ਹੱਲ ਹੋਵੇ, ਪਰ ਜਿਹੜੇ ਲੋਕ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਹੋਏ ਨੇ, ਉਹ ਲੋਕ ਨਾਲ ਦੀ ਨਾਲ ਆਪਣੀ ਸੁਰੱਖਿਆ ਵਾਸਤੇ ਔਰ ਦੂਜਿਆਂ ਨੂੰ ਥ੍ਰੈਟ ਕਰਨ ਵਾਸਤੇ ਨਾਲ ਦੀ ਨਾਲ ਅਸਲਾ ਵੀ ਲੈ ਕੇ ਚੱਲਦੇ ਨੇ। ਜਿਹੜੇ ਨਾਲ ਨਸ਼ੇ ਦੇ ਨਾਲ ਅਸਲਾ ਲੈ ਕੇ ਚੱਲਣ ਵਾਲੇ ਲੋਕ ਨੇ, ਉਹੀ ਉਹ ਨੇ ਜਿਹੜੇ ਕਿ ਬੇਕਾਬੂ ਹੋਏ ਲੋਕ ਨੇ, ਜਿਨ੍ਹਾਂ ਨੂੰ ਅਸੀਂ ਗੈਂਗਸਟਰ ਕਹਿੰਦੇ ਹਾਂ, ਜਿਹੜੇ ਕਿ ਆਮ ਮੁਹਾਰੇ ਜਿੱਦਣ ਮਰਜ਼ੀ ਚਲੇ ਜਾਂਦੇ, ਪੈਸਾ ਚਾਹੀਦਾ ਉਹਨਾਂ ਨੂੰ, ਕਿਉਂਕਿ ਪੈਸੇ ਨਾਲੇ ਉਹਨਾਂ ਦੇ ਹਥਿਆਰ ਆਣੇ ਤੇ ਪੈਸੇ ਦੇ ਨਾਲੇ ਉਹਨਾਂ ਦਾ ਨਸ਼ਾ ਚੱਲਣਾ, ਪੈਸੇ ਦੇ ਨਾਲ ਸਾਰੇ ਕਾਰੋਬਾਰ ਚੱਲਣੇ। ਜੀ ਸੋ ਪੈਸਾ ਇਕੱਠਾ ਕਰਨ ਵਾਸਤੇ ਉਹ ਟਾਰਗੇਟ ਕਿਲਿੰਗ ਵੀ ਕਰਦੇ ਆ, ਵਿਦੇਸ਼ਾਂ ਤੋਂ ਬੈਠੇ ਫੰਡਿੰਗ ਹੋ ਜਾਂਦੀ ਹੈ, ਉਹਦੇ ਨਾਲ ਕੰਮ ਚੱਲਦਾ, ਅੱਤਵਾਦ ਦਾ ਇੱਕ ਨਵਾਂ ਜਿਹੜਾ ਰੂਪ ਹੈ। ਪਰ ਇਹਦੇ ਵਿੱਚ ਬਿਨਾਂ ਸ਼ੱਕ ਸਾਨੂੰ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਹੁਣ ਜਿਹੜੇ ਆ ਅੱਤਵਾਦ ਦੇ ਉਸ ਤਰੀਕੇ ਨਾਲ ਇੰਨਾ ਸੁਖਾਲਾ ਨਹੀਂ ਹੈ ਪੈਦਾ ਕਰਨਾ ਜਿੰਨਾ ਕਿ ਪਹਿਲਾਂ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸ਼ੁਰੂ ਤੋਂ, ਜਦੋਂ ਦੇਖੋ ਤੁਸੀਂ ਅੰਮ੍ਰਿਤਪਾਲ ਵੀ ਆਉਂਦਾ ਤੇ ਅੰਮ੍ਰਿਤਪਾਲ ਸਿੰਘ ਬਾਰੇ ਵੀ ਲੋਕਲ ਏਜੰਸੀ ਨੂੰ ਕਿਹਾ ਜਾਂਦਾ ਜੀ ਤੁਸੀਂ ਇਹਦੀ ਜਾਂਚ ਕਰਕੇ ਸਾਨੂੰ ਦੱਸੋਗੇ ਇਹਦੇ ਪਿੱਛੇ ਕੀ ਹੈ, ਕੌਣ ਚੀਜ਼ ਹੈ, ਇਹ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ, ਕੀ ਕਾਰਨ ਹੈ। ਸੋ ਹੁਣ ਜਿਹੜਾ ਕਦਮ ਚੁੱਕਿਆ ਕੇਂਦਰੀ ਗ੍ਰਹਿ ਮੰਤਰਾਲਾ ਨੇ, ਉਹ ਸਿੱਧਾ ਸਿੱਧਾ ਹੈ ਕਿ ਬਹੁਤ ਜ਼ਿੰਮੇਵਾਰੀ ਵਾਲੀ ਭੂਮਿਕਾ ਦੇ ਵਿੱਚ ਹੈ ਇਸ ਵਕਤ ਜਿਹੜੀ ਕੇਂਦਰ ਦੀ ਸਰਕਾਰ ਹੈ। ਕੇਂਦਰ ਦੀ ਸਰਕਾਰਾਂ ਤੇ ਅਸੀਂ ਇਲਜ਼ਾਮ ਲਾਉਂਦੇ ਰਹੇ ਪੰਜਾਬੀ ਆਮ ਤੌਰ ਤੇ ਕਿ ਸਾਡਾ ਜੀ ਕੇਅਰ ਨਹੀਂ ਕੀਤਾ ਜਾਂਦਾ,
पर एक बहुत जिम्मेवारी वाली जी भूमिका केंद्रीय गृह मंत्रालय ने निभाई है, जिन्हें NIA नूं इस गल की जी एक तरीके कमांड दी है और कहा NIA तुहाडे नाल आ। पांच सूबे ने यूपी दे विच गैंगस्टर कल्चर जिहड़ा बहुत ज्यादा मजबूत रहा, हालांकि उत्थे दे मुख्यमंत्री बड़े जबरदस्त ढंग नाल काम कर रहे हैं, उन्होंने उन्होंने नक्क च दम किया पाया, पर नाल दी नाल ओ जिवें सुरिंदरपाल जी दस रहे सी कि ये इंटरकनेक्टेड ने आपस विच। यूपी वाले कई बार राजस्थान च वारदाता करते, राजस्थान वाले पंजाब च करते हैं, जां हरियाणे वाले करते हैं, पर हुंदा की सी इन्हां दा आपस विच तालमेल नहीं सी। पंजाब पुलिस जिनी मर्जी अपने आप नूं जिहड़ी आ ओह नाटुखा बनी फिरे वे, लो जी असीं फन्ने खां, असीं कर देणा, असीं बहुत इंटैलीजेंस जिहड़ी आ इहदी काउंटर इंटैलीजेंस भी अपने ढंग नाल काम करदी है, पर कितें ना कितें दिक्कत उही आउंदी सी कि एक राज तों जो दूजे राज वाला जिहड़ा गैंगस्टर आ के वारदात कर जांदा सी उहनूं फड़ना जिहड़ा मुश्किल हो जांदा सी। हो जाता सी ठीक है, दिल्ली देखो। पुलिस की गल कीती है सुरिंदरपाल जी ने, पर ਇਹ ਇੱਕ ਬਹੁਤ ਮੈਂ ਕਹਿੰਦਾ ਨੈਟਵਰਕ ਜਿਹੜਾ ਉਹ ਤਾਣਾ ਬਾਣਾ ਇਸ ਤਰ੍ਹਾਂ ਦਾ ਜਿਹੜਾ ਉਹ ਸਿਰਜਣ ਦੀ ਜਿਹੜੀ ਹੈ ਉਹ ਪ੍ਰਕਿਰਿਆ ਮੈਨੂੰ ਤੇ ਲੱਗਦਾ ਲਗਭਗ ਕੰਪਲੀਟ ਹੋ ਚੁੱਕੀ ਹੈ, ਤੇ ਜਿਹੜੀ ਆਦੇਸ਼ ਦਿੱਤੇ ਗਏ ਨੇ ਉਹਦੇ ਤਹਿਤ ਬਹੁਤ ਛੇਤੀ ਹੱਥ ਮਿਲੇਗੀ। ਬਾਰਡਰ ਸਟੇਟ ਹੈ ਤੇ ਰਾਜਸਥਾਨ ਵੀ ਬਾਰਡਰ ਸਟੇਟ ਹੈ, ਠੀਕ ਹੈ, ਤੇ जी बिल्कुल। संधु साहब ने गल की थी कि बॉर्डर स्टेट है पंजाब और ये आले दुआले जरा ये दूजिया स्टेटा जड़िया नाल जुड़िया ने उन्हों का जरा काफी वड्डा ताना बाणा है, ये कारण जड़िया वारदातों ने इतने ज्यादा होंदिया ने। पर आप यही गल कर सकते हैं कि जेकर सूबा सरकारा ते केंद्र सरकारा दे वल्लों रल के कहा जा रहा है कि असी जेडे 23 गैंगस्टरां दी लिस्ट बनाई है ते असी उस लिस्ट दे उत्ते काम करांगे ते उन्हां नूं फड़न दी पूरी कोशिश करांगे, तां मैनूं लगदा है कि जेकर सच दे विच बिना राजनीति तो एक काम कार कीता जावे ते एक काम जेड़ा है सिरे भी लगाया जा सकता है। सो अज के प्रोग्राम दे विच साडे नाल जुड़े हुए सी सुरिंदरपाल जी ते संधु साहब साडे नाल सन, बहुत बहुत शुक्रिया प्रोग्राम दे विच जुड़न दा। साडे दर्शक जिहड़े सानू वेख रहे ने लाइव ते शेयर करना बिल्कुल ना भुलना, और साडे प्रोग्राम दे बारे तुहाडी की राय है सानू कमेंट बॉक्स दे जरिए जरूर कमेंट करना। फिलहाल अज दा प्रोग्राम इत्थे खत्म करन दी दिओ इजाजत, नमस्कार।